ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਕਰਦੇ ਹਾਂ ਨਵੀਂ ਵੀਡੀਓ ਸ਼ੁਰੂਆਤ। ਅੱਜ ਅਸੀਂ ਆਏ ਹਾਂ ਦਰਬਨ ਲਹਿੰਗਾ ਹਾਊਸ 'ਤੇ। ਆਓ ਵੇਖਦੇ ਹਾਂ ਸਾਨੂੰ ਦਰਬਨ ਲਹਿੰਗਾ ਹਾਊਸ 'ਤੇ ਲਹਿੰਗਿਆਂ 'ਚ ਕਿਹੜੀ ਵਰਾਇਟੀ ਮਿਲ ਜੂਗੀ ਅਤੇ ਬਰਾਈਡਲ ਸੈੱਟ ਵੀ ਕਿਹੜੀ ਵਰਾਇਟੀ ਮਿਲ ਜੂਗੀ ਅਤੇ ਕੀ ਪ੍ਰਾਈਸ ਹੋਏਗਾ ਉਹਨਾਂ ਦਾ। ਯਾਰ ਦੇਣੇ ਆ ਪਹਿਲਾਂ ਕਈ ਵਰਾਇਟੀ ਦਿਖਾਉਂਦੇ ਦੀਦੀ ਸਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਯਾਨੀ ਦੀ ਵਧੀਆ ਵਧੀਆ ਜੀ, ਤੁਸੀਂ ਸੁਣਾਓ। ਬਹੁਤ ਵਧੀਆ ਜੀ। ਇਹ ਪਹਿਲਾਂ ਤੁਹਾਡਾ ਬਲੌਗ ਲਿਆਂਦਾ, ਬਹੁਤ ਅੱਛਾ ਰਿਸਪੌਂਸ ਮਿਲਿਆ ਜੀ ਲਹਿੰਗਿਆਂ ਦਾ, ਬ੍ਰਾਈਡਲ ਲਹਿੰਗਿਆਂ ਦਾ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ ਜੀ। ਤੇ ਹੁਣ ਇਸ ਟਾਈਮ ਕਈ ਵਰਾਇਟੀ ਦਿਖਾਉਣ ਲੱਗੇ ਪਹਿਲਾਂ? ਇਸ ਵੇਲੇ ਸਾਡੇ ਕੋਲ ਕੈਜੂਅਲ ਸਾਰੀ ਜਵੈਲਰੀ ਅਵੇਲੇਬਲ ਹੈਗੀ ਹੈ ਔਰ ਬ੍ਰਾਈਡਲ ਵੀ ਅਵੇਲੇਬਲ ਹੈ ਸਾਡੇ ਕੋਲ। ਹਰ ਇੱਕ ਰੇਂਜ ਤੁਹਾਨੂੰ ਮਿਲ ਜਾਏਗੀ। ਹਰੀ ਰੇਂਜ ਮਿਲ ਜਾਏਗੀ? ਕਿੰਨੇ ਸਟਾਰਟ ਹੋ ਜਾਂਦੇ ਨੇ? ਸਟਾਰਟ ਸਾਡੇ ਕੋਲ, ਅਗਰ ਤੁਸੀਂ ਸਾਡੇ ਕੋਲ ਦੋਨੋਂ ਕੰਮ ਹੈਗੇ ਆ, ਰੈਂਟ ਵੀ ਔਰ ਪਰਚੇਜ਼ਿੰਗ ਵੀ, ਖੁਦ ਵੀ ਕਰਵਾਏ ਕਰਨਾ ਹੋਏ ਤੇ। ਉਹਦੇ ਵਿੱਚ ਰੈਂਟ ਦੇ ਵਿੱਚ ਹੈਗਾ ਕਿ ਸਾਡੇ ਕੋਲ ਜਿਹੜੇ ਸੈੱਟ ਦੀ ਰੈਂਟਲ ਹੈਗਾ ਉਹਦਾ, ਉਹ 150 ਤੋਂ ਸ਼ੁਰੂ ਹੋ ਕੇ ਸਾਡੇ ਕੋਲ 1000 ਤੱਕ ਹੈਗੇ ਨੇ ਰੈਂਟ ਤੇ ਸਿਰਫ, ਠੀਕ ਹੈ। ਅਗਰ ਤੁਸੀਂ ਬ੍ਰਾਈਡਲ ਦੀ ਗੱਲ ਕਰਦੇ ਹੋ, ਬ੍ਰਾਈਡਲ ਜਿਹੜੇ ਸੈੱਟਸ ਹੈਗੇ ਨੇ ਉਹ ਸਾਡੇ ਕੋਲ 1000 ਤੋਂ ਸ਼ੁਰੂ ਹੋ ਕੇ 4-5-6 ਹਜ਼ਾਰ ਤੱਕ ਮਿਲਦੇ। ਹਾਂਜੀ ਹਾਂਜੀ, ਅੱਪਰ ਜਿੰਨੇ ਤੇ ਮਰਜ਼ੀ, ਡਿਪੈਂਡ ਕਰਦਾ ਕੁਆਲਿਟੀ ਤੇ, ਡਿਜ਼ਾਈਨ ਤੇ, ਠੀਕ ਹੈ, ਜਿਸ ਤਰ੍ਹਾਂ ਦਾ ਤੁਹਾਨੂੰ ਪਸੰਦ ਆਉਂਦਾ। ਫਸਟ ਆਫ ਆਲ ਹਾਂਜੀ, ਫਸਟ ਆਫ ਆਲ ਤੁਹਾਨੂੰ ਮੈਂ ਕੈਜੂਅਲ ਦਿਖਾ ਰਹੀ ਹਾਂ। ਦੇਖੋ ਲਵੈਂਡਰ ਕਲਰ ਦੇ ਵਿੱਚ ਸੈੱਟ ਹੈ। ਉਹ ਕਿਹੜਾ ਸੈੱਟ ਕਰਿਆ ਜੀ? ਇਹ ਦੇਖੋ, ਬਹੁਤ ਪਿਆਰਾ ਸੈੱਟ ਹੈਗਾ। ਅਗਰ ਤੁਸੀਂ ਆਪਣਾ ਰੈਂਟ ਤੇ ਲੈਣਾ ਹੋਇਆ, ਰੈਂਟ ਤੇ ਅਗਰ ਤੁਸੀਂ ਲੈਣਾ ਹੋਇਆ, ਇਹਦਾ ਰੈਂਟ ਹੈਗਾ 350 ਦੇ ਕੋਲ, ਠੀਕ ਹੈ ਜੀ। ਬਹੁਤ ਪਿਆਰਾ ਸੈੱਟ ਹੈ ਜੀ। 3-350 ਦੇ ਵਿੱਚ ਵਿੱਚ ਦਾ ਰੈਂਟ ਆਏਗਾ, 300 ਤੋਂ ਲੈ ਕੇ 350 ਦੇ ਵਿੱਚ ਵਿੱਚ। ਅਗਰ ਇਹਦੇ ਅਕੋਰਡਿੰਗਲੀ ਤੁਸੀਂ ਐਸੇ ਹੀ ਮਤਲਬ ਸਾਈਜ਼ ਦੇ ਵਿੱਚ ਜਾਂ ਕੰਬੀਨੇਸ਼ਨ ਚ ਅਗਰ ਤੁਸੀਂ ਕਲਰ ਦੇਖਦੇ ਹੋ ਤੇ ਡਿਜ਼ਾਈਨਸ ਚ ਐ ਡਿਜ਼ਾਈਨ ਵੀ ਮਿਲਣਗੇ। ਹਾਂਜੀ ਹਾਂਜੀ, ਅਗਰ ਬਾਈ ਚਾਂਸ ਕਿਸੇ ਦੀ ਕੋਈ ਮਹਿੰਦੀ ਦਾ ਰਸਮ ਚੱਲਦੀ ਹੈ ਜਾਂ ਕੁਛ ਹਲਦੀ ਦੀ ਚੱਲਦੀ ਹੈ ਨਾ, ਉਹਦੇ ਵਿੱਚ ਅੱਜ ਕੱਲ ਇਹ ਕਲਰ ਬੜਾ ਚੱਲ ਰਿਹਾ ਹਲਦੀ ਦਾ। ਦੇਖੋ ਡਿਜ਼ਾਈਨ ਦਾ ਮਹਿੰਦੀ, ਬੜੇ ਸਲੀਕ ਜੇ ਤੇ ਬੜੇ ਪਿਆਰੇ ਪਿਆਰੇ ਡਿਜ਼ਾਈਨਸ ਨੇ। ਜੇ ਕਿਸੇ ਨੇ ਬਾਈ ਕਰਨਾ ਹੋਵੇ ਕਿੰਨੇ ਪਊਗਾ ਜੀ? ਇਹ ਵੀ 1000 ਦੇ ਕੋਲ ਕੋਲ ਤੁਹਾਨੂੰ ਪੈ ਜਾਏਗਾ ਨੀਚੇ ਵਾਲਾ। ਹਾਂਜੀ, ਇਹਦਾ ਰੈਂਟ 250 ਦੇ ਕੋਲ ਆਏਗਾ, ਇਹਦਾ 350 ਦੇ ਕੋਲ। ਹਾਂਜੀ, ਡਿਜ਼ਾਈਨ ਦੇ ਸਾਹਮਣੇ ਆਏਗਾ। ਹਾਂਜੀ ਹਾਂਜੀ, ਜਿੰਨਾ ਤੁਸੀਂ ਹੈਵੀ ਪਸੰਦ ਕਰਦੇ ਜਾਓਗੇ ਉਹਦੇ ਹਿਸਾਬ ਨਾਲ ਰੇਟ ਵੀ ਇਨਕਰੀਜ਼ ਹੁੰਦਾ ਜਾਏਗਾ ਤੁਹਾਡਾ। ਜੇ ਕਿਸੇ ਨੇ ਵਿਜ਼ਿਟ ਕਰਨਾ ਹੈ ਤਾਂ ਦੁਕਾਨ ਦੇ ਐਡਰੈਸ ਕੀ ਆਜੂਗਾ? ਵਿਜ਼ਿਟ ਕਰਨਾ ਹੋਏਗਾ ਤਾਂ ਸਾਡਾ ਐਡਰੈਸ ਹੈਗਾ ਜੀ ਕਟੜਾ ਦਾਲ ਸਿੰਘ ਆਟਾ ਮੰਡੀ, ਨੀਅਰ ਗੋਲਡਨ ਟੈਂਪਲ, ਜਾਂ ਨੀਅਰ ਕਹ ਲਓ ਤੁਸੀਂ ਬੀਬੀ ਕੋਲਾ ਜੀ ਗੁਰਦੁਆਰਾ ਮਤਲਬ ਹੋਸਪਿਟਲ ਹੈ ਚੈਰੀਟੇਬਲ, ਉਹ ਈਜ਼ੀਲੀ ਤੁਹਾਨੂੰ ਪਤਾ ਲੱਗ ਜਾਏਗਾ। ਦਰਪਨ ਲਹਿੰਗਾ ਹਾਊਸ ਦੇ ਨਾਮ ਤੇ ਸ਼ਾਪ ਹੈ। ਹਾਂਜੀ, ਜੇ ਕਿਸੇ ਨੇ ਕੰਟੈਕਟ ਕਰਨਾ ਹੈ ਫੋਨ ਨੰਬਰ ਕੀ ਆਊਗਾ? ਕੰਟੈਕਟ ਕਰਨਾ ਹੈ ਤੁਸੀਂ ਫੋਨ ਨੰਬਰ ਨੋਟ ਕਰ ਲਓ, 8725981000। ਦਿਖਾਣਾ ਹੁਣ ਕਈ ਵੈਰਾਈਟੀ ਦੇ ਮਿਲੋ। ਇਹ ਅਗਰ ਤੁਸੀਂ ਬਹੁਤ ਹੀ ਲੈਸ ਦੈਨ ਤੇ ਜਾਣਾ ਹੈ, ਬਹੁਤ ਹੀ ਸਲੀਕ ਤੇ ਸਿੰਪਲ ਸੈੱਟ ਹੈ। ਹਾਂਜੀ ਹਾਂਜੀ, ਇਹਦਾ ਰੈਂਟ ਸਿਰਫ ਆਏਗਾ 150 ਅਗਰ ਤੁਸੀਂ ਰੈਂਟ ਤੇ ਲੈਂਦੇ ਹੋ। ਅਗਰ ਤੁਸੀਂ ਬਾਏ ਕਰਦੇ ਹੋ ਤੇ 600 ਦੇ ਕੋਲ ਕੋਲ ਤੁਹਾਡਾ ਆਪਣਾ। ਬਹੁਤ ਪਿਆਰਾ ਸੈੱਟ ਹੈ ਜੀ। ਇਹਦੇ ਵਿੱਚ ਤੁਹਾਨੂੰ ਕਲਰ ਅੱਜ ਕਲਰ ਵੀ ਮਿਲ ਜਾਣਗੇ? ਬਿਲਕੁਲ ਮਿਲਣਗੇ ਕਲਰਸ। ਹਾਂਜੀ ਜੀ ਸਰ, ਦੇਖੋ ਬੜੇ ਬੜੇ ਸੈੱਟ ਖੋਲੇ ਜੀ। ਬਿਲਕੁਲ ਬਿਲਕੁਲ ਸਰ, ਦੇਖੋ ਤੁਸੀਂ। ਹਾਂਜੀ ਹਾਂਜੀ, ਬਹੁਤ ਪਿਆਰੇ ਸੈੱਟ ਹੈਗੇ ਜੀ। ਸਾਡੇ ਕੋਲ ਸੈੱਟ ਦੀ ਕਾਫੀ ਵੈਰਾਈਟੀ ਹੈਗੀ ਹੈ। ਕੀ ਪ੍ਰਾਈਸ ਸਟਾਰਟ ਹੁੰਦਾ ਨਾ ਦੀਦੀ ਇਹਨਾਂ ਦਾ? ਸਟਾਰਟਿੰਗ ਪ੍ਰਾਈਸ ਅਗਰ ਤੁਸੀਂ ਰੈਂਟ ਤੇ ਲੈ ਕੇ ਚੱਲੋ ਤੇ 150 ਤੋਂ ਸ਼ੁਰੂ ਹੋ ਕੇ 1000 ਤੱਕ ਸਾਡੇ ਕੋਲ ਅਵੇਲੇਬਲ ਹੈ ਕੈਜੂਅਲ ਸੈੱਟ ਦਾ। ਹਾਂਜੀ, ਆਫਟਰ ਦੈਟ ਅਗਰ ਤੁਸੀਂ ਬ੍ਰਾਈਡਲ ਲੈਂਦੇ ਹੋ, ਬ੍ਰਾਈਡਲ ਦਾ 1000 ਤੋਂ ਸ਼ੁਰੂ ਹੋ ਕੇ 6000 ਤੱਕ, ਆਪ ਜਿੰਨਾ ਮਰਜ਼ੀ ਉਸ ਤੋਂ ਉੱਤੇ ਵੀ ਚਲੇ ਜਾਓ, ਕੋਈ ਦਿੱਕਤ ਨਹੀਂ ਹੈ। ਜਿਸ ਤਰ੍ਹਾਂ ਦੀ ਡਿਜ਼ਾਈਨਿੰਗ ਹੋਏਗੀ ਡਿਪੈਂਡ ਔਨ ਰੇਟ, ਠੀਕ ਹੈ ਜੀ। ਇਹ ਸੈੱਟ ਬਹੁਤ ਪਿਆਰੇ ਹੈ ਜੀ। ਦੇਖੋ ਇਹ ਮਹਿੰਦੀ ਕਲਰ ਆ ਗਿਆ। ਇਹ ਦੇਖੋ ਤੁਸੀਂ ਇਹਨੂੰ ਜਿਵੇਂ ਡਬਲ ਸੈੱਟ ਹੈ ਨਾ, ਇਹ ਤੁਸੀਂ ਇਹਨੂੰ ਸਿੰਗਲ ਵੀ ਵੇਅਰ ਕਰ ਸਕਦੇ ਹੋ। ਸਿੰਗਲ ਅਗਰ ਤੁਸੀਂ ਇਹਨੂੰ ਹੈਵੀ ਲੁੱਕ ਦੇ ਵਿੱਚ ਕਰਨਾ ਹੈ ਤੇ ਇਹਦੇ ਨਾਲ ਤੁਸੀਂ ਇਹਨੂੰ ਇਹ ਦੇਖੋ
ਇਹਦੇ ਨਾਲ ਡਬਲ ਅਟੈਚ ਕਰਕੇ ਤੁਸੀਂ ਇਹਨੂੰ ਹੈਵੀ ਲੁੱਕ ਦੇ ਵਿੱਚ ਲਿਆ ਸਕਦੇ ਹੋ। ਹਾਂਜੀ ਹਾਂਜੀ, ਜੇ ਕਿਸੇ ਨੇ ਬਾਏ ਕਰਨਾ ਹੋਵੇ ਜੀ, ਬਾਏ ਕਰਨਾ ਹੋਏਗਾ ਤੇ ਇਹ ਤੁਹਾਨੂੰ ਨੀਅਰ ਅਬਾਊਟ, ਅਗਰ ਤੁਸੀਂ ਇਹ ਵਾਲਾ ਇਕੱਲਾ ਲੈਂਦੇ ਹੋ ਹਾਂਜੀ ਹਾਂਜੀ, ਨੀਅਰ ਅਬਾਊਟ ਉਹੀ 1200-1500 ਦੀ ਰੇਂਜ ਦੇ ਵਿੱਚ। ਅਗਰ ਤੁਸੀਂ ਡਬਲ ਪੂਰਾ ਕਰਦੇ ਹੋ ਤਾਂ ਪੂਰਾ ਸੈੱਟ ਚਲਾ ਜਾਏਗਾ 25-3000 ਦੇ ਕੋਲ ਟੋਟਲ, ਇਹ ਵਾਲਾ ਤੇ ਇਹ ਵਾਲਾ ਦੋਨੋਂ ਮਿਲਾ ਕੇ, ਠੀਕ ਹੈ ਜੀ, ਡਬਲ। ਬਾਕੀ ਸਾਰੀ ਰੇਂਜ ਜਿਹੜੀ ਅਫੋਰਡੇਬਲ ਹੈ, ਕੋਈ ਰੇਟ ਸਾਡੇ ਜ਼ਿਆਦਾ ਨਹੀਂ ਹੈ, ਮਾਰਕੀਟ ਨਾਲੋਂ ਬਿਲਕੁਲ ਘੱਟ ਰੇਟ ਹੈ, ਰੈਂਟ ਵੀ ਸਾਡਾ ਅੱਜ ਕੱਲ ਤੇ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਹੋ ਗਈ ਹੈ, ਅੱਜ ਕੱਲ ਮਹਿੰਗਾਈ ਕਿੰਨੀ ਹੋ ਗਈ ਤੁਹਾਨੂੰ ਪਤਾ, ਅੱਜ ਕੱਲ ਰੈਂਟ 100-150 ਤੇ ਕਿਤੇ ਵੀ ਨਹੀਂ ਮਿਲਣਾ, ਲੇਕਿਨ ਅਸੀਂ ਆਪਣੀ ਸ਼ਾਪ ਤੇ ਪ੍ਰੋਵਾਈਡ ਕਰ ਰਹੇ ਹਾਂ ਕਿ 150 ਤੋਂ ਸਾਡਾ ਰੈਂਟ ਸ਼ੁਰੂ ਹੋ ਜਾਂਦਾ ਅੱਛੇ ਸੈੱਟ ਦਾ। ਸੈੱਟਾਂ ਤੋਂ ਇਲਾਵਾ ਸਾਡੇ ਕੋਲ ਹੈਗੇ ਆ ਬ੍ਰਾਈਡਲ ਸੈੱਟ, ਕੈਜੂਅਲ ਸੈੱਟ, ਸਾਡੇ ਕੋਲ ਬ੍ਰਾਈਡਲ ਲਹਿੰਗੇ, ਕੈਜੂਅਲ ਲਹਿੰਗੇ, ਸਾਰਾ ਕੁਝ ਅਵੇਲੇਬਲ ਹੈ। ਰੈਡੀਮੇਡ ਗਾਰਮੈਂਟ ਸ਼ੋਪ ਦੇਖ ਰਹੇ ਹੋ ਸਾਡੀ, ਰੈਡੀਮੇਡ ਗਾਰਮੈਂਟ ਦੇ ਵਿੱਚ ਸਾਡੇ ਕੋਲ ਸਾਰੇ ਲੇਡੀਜ਼ ਐਂਡ ਕਿਡਸ ਸਾਰਾ ਕੁਝ ਅਵੇਲੇਬਲ ਹੈ, ਠੀਕ ਹੈ ਜੀ। ਔਰ ਦੂਸਰਾ ਸਾਡੇ ਕੋਲ ਨੇਲਸ ਦੀ ਅਸੈਸਰੀਜ਼ ਵੀ ਅਵੇਲੇਬਲ ਹੈ। ਹਾਂਜੀ, ਨੇਲ ਆਰਟ ਦੇ ਜਿਵੇਂ ਅਕੋਰਡਿੰਗਲੀ ਅੱਜ ਕੱਲ ਨੇਲ ਆਰਟ ਬੜਾ ਚੱਲ ਰਿਹਾ ਮਾਰਕੀਟ ਚ, ਤੁਹਾਨੂੰ ਪਤਾ ਹੀ ਹੈ। ਹਾਂਜੀ ਹਾਂਜੀ, ਇਹ ਦੇਖੋ ਸ਼ੇਡ ਕਾਰਡ ਦੇਖੋ, ਸਾਡੇ ਕੋਲ ਜਿਹੜੀਆਂ ਨੇਲ ਆਰਟ ਦੇ ਵਿੱਚ ਪ੍ਰੋਪਰ ਯੂਜ਼ ਹੋਣ ਵਾਲੀਆਂ ਨੇ ਯੂਵੀ ਨੇਲਸ ਪੇਂਟਸ ਜਿਹੜੀਆਂ ਨੇ, ਠੀਕ ਹੈ ਜੀ, ਉਹ ਸਾਡੇ ਕੋਲ ਅਵੇਲੇਬਲ ਨੇ ਬੜੇ ਚੀਪ ਤੇ ਮਤਲਬ ਪ੍ਰਾਈਸਿਸ ਦੇ ਵਿੱਚ। ਜੇ ਕਿਸੇ ਲੜਕੀ ਨੇ ਮੇਕਅਪ ਕਰਾਉਣਾ ਹੋਵੇ ਤੇ ਹੋਵੇ, ਮੇਕਅਪ ਵੀ ਅਵੇਲੇਬਲ ਹੈ ਜੀ, ਇੱਥੇ ਮੇਕਅਪ ਵੀ ਹੋ ਜਾਏਗਾ, ਸਾਡੇ ਕੋਲ ਮੇਕਅਪ ਆਰਟਿਸਟ ਵੀ ਅਵੇਲੇਬਲ ਹੈ। ਅਗਰ ਤੁਸੀਂ ਹਾਂਜੀ ਬਿਲਕੁਲ ਹੋ ਜਾਏਗਾ ਜੀ, ਅਗਰ ਇੱਥੇ ਆ ਕੇ ਰੈਡੀ ਹੋਣਾ ਇੱਥੇ ਵੀ ਹੋ ਜਾਏਗਾ, ਅਗਰ ਉਹਨਾਂ ਨੂੰ ਨੀਡ ਹੈ ਕਿ ਕੋਈ ਸਾਨੂੰ ਉੱਥੇ ਕਰਕੇ ਜਾਏ ਜਿੱਥੇ ਅਸੀਂ ਅਵੇਲੇਬਲ ਆ, ਤੇ ਉਹ ਵੀ ਫੈਸਿਲਿਟੀ ਅਵੇਲੇਬਲ ਹੈ, ਪਰ ਉਹਦੇ ਥੋੜੇ ਐਕਸਟਰਾ ਚਾਰਜਸ ਲੱਗ ਜਾਂਦੇ ਨੇ, ਲੇਕਿਨ ਅਸੀਂ ਉੱਥੇ ਵੀ ਜਾ ਕੇ ਰੈਡੀ ਕਰਾਂਗੇ, ਠੀਕ ਹੈ ਜੀ। ਇਹ ਸ਼ੇਡ ਕਾਰਡ ਵੀ ਦੇਖੋ, ਇਹ ਸਾਰੇ ਨੇਲ ਆਰਟ ਤੁਸੀਂ ਜਿੰਨਾ ਵੀ ਨੈਟ ਤੇ ਦੇਖ ਰਹੇ ਹੋ ਯੂਵੀ ਨੇਲ ਪੇਂਟਸ ਨੇ, ਅੱਛੀ ਵਾਲੀ ਨੇਲ ਪੇਂਟਸ ਨੇ, ਇਹ ਤੋਂ ਬਿਨਾਂ ਨੇਲ ਆਰਟ ਬਿਲਕੁਲ ਕਹਿ ਲਓ ਕੁਛ ਵੀ ਨਹੀਂ ਹੈ, ਇਹਦੇ ਨਾਲ ਹੀ ਨੇਲ ਆਰਟ ਸਾਰਾ ਪਰਫੈਕਟ ਹੁੰਦਾ। ਇਹ ਤੁਸੀਂ ਦੇਖੋ ਸਾਡਾ ਬਾਕਸ ਯੂਵੀ ਨੇਲ ਪੇਂਟਸ ਦਾ, ਸਾਰੇ ਕਲਰ, ਸਾਰੇ ਟੋਪ ਕੋਟ, ਬੇਸ ਕੋਟ, ਸਾਰਾ ਕੁਛ ਅਵੇਲੇਬਲ ਹੈ। ਇਹ ਸਾਡੇ ਕੋਲ ਗਲੀਟਰਿੰਗ ਵਾਲੀਆਂ ਨੇਲ ਪੇਂਟਸ ਨੇ, ਇਹ ਦੇਖੋ ਤੁਸੀਂ ਨੇਲ ਆਰਟ ਦੇ ਵਿੱਚ ਯੂਜ਼ ਹੁੰਦੇ ਨੇ, ਗਲਿਟਰਸ ਦੇ ਵਿੱਚ ਡਿਜ਼ਾਈਨਿੰਗ ਕਰਨੀ ਹੋਏਗੀ, ਠੀਕ ਹੈ ਜੀ। ਤੁਹਾਨੂੰ ਮੈਂ ਸਾਰਾ ਦਿਖਾ ਦਿੰਦੀ ਹਾਂ, ਜੋ ਵੀ ਸਾਰੀ ਅਸੈਸਰੀ ਅਵੇਲੇਬਲ ਹੈ ਸਾਡੇ ਕੋਲ, ਜਿਸ ਤਰ੍ਹਾਂ ਦੀ ਵੀ ਅਸੈਸਰੀ ਤੁਹਾਨੂੰ ਚਾਹੀਦੀ ਹੈ, ਠੀਕ ਹੈ ਜੀ। ਇਹ ਸਾਡਾ ਹੈਗਾ ਜੀ ਕਿਊਟੀਕਲ ਆਇਲ, ਜਿਹੜਾ ਨੇਲਸ ਦੇ ਵਿੱਚ ਯੂਜ਼ ਹੁੰਦਾ, ਠੀਕ ਹੈ ਜੀ, ਸਾਈਡ ਤੇ। ਇਹ ਸਾਡੀ ਆ ਗਈ ਟ੍ਰੇ, ਨੇਲ ਆਰਟ ਦੇ ਵਿੱਚ ਯੂਜ਼ ਹੁੰਦੀ ਹੈ, ਮਿਕਸਿੰਗ ਕਲਰ ਟ੍ਰੇ ਹੈ। ਇਹ ਜਿਹੜੀ ਜੀ ਸਾਡੇ ਕੋਲ, ਜਿਹੜੀ ਤੁਸੀਂ ਨੈਟ ਤੇ ਦੇਖ ਰਹੇ ਹੋ ਅੱਜ ਕੱਲ ਨੇਲ ਆਰਟ ਬਹੁਤ ਜ਼ਿਆਦਾ ਫੈਲਿਆ ਹੋਇਆ ਕਹਿ ਲਓ, ਇਹਦੇ ਵਿੱਚ ਜਿਹੜੀ ਸਪਾਈਡਰ ਜੈਲਸ ਯੂਜ਼ ਹੁੰਦੀਆਂ ਨੇ ਨਾ, ਸਪਾਈਡਰਸ ਦੇ ਅਕੋਰਡਿੰਗਲੀ ਨੇਲ ਆਰਟ ਹੁੰਦਾ ਹੈ, ਉਹ ਹੈ। ਇਹ ਸਾਰੇ ਪ੍ਰੋਫੈਸ਼ਨਲ ਕਿੱਟ ਦਾ ਸਮਾਨ ਹੈ ਸਾਰਾ, ਜਿੰਨਾ ਵੀ ਹੈ ਨੇਲ ਆਰਟ ਦਾ ਸਾਰਾ ਪ੍ਰੋਫੈਸ਼ਨਲ ਹੈ, ਪ੍ਰੋਫੈਸ਼ਨਲ ਵਿੱਚ ਜਿਹੜੀ ਜਿਹੜੀ ਚੀਜ਼ਾਂ ਯੂਜ਼ ਹੁੰਦੀਆਂ ਨੇ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ, ਠੀਕ ਹੈ ਜੀ। ਇਹ ਦੇਖੋ ਸਭ ਕੁਛ ਅਵੇਲੇਬਲ ਹੈ, ਜੋ ਵੀ ਅਗਰ ਕਸਟਮਰ ਨੂੰ ਡਿਮਾਂਡ ਹੈ ਮਾਰਕੀਟ ਨਾਲੋਂ ਸਸਤੇ ਰੇਟ ਚ ਮਿਲੇਗੀ ਤੁਹਾਨੂੰ, ਇੱਥੋਂ ਅਵੇਲੇਬਲ ਵਿਜ਼ਿਟ ਕਰਕੇ ਲੈ ਸਕਦੇ ਹੋ। ਇਹ ਦੇਖੋ ਤੁਸੀਂ ਨੇਲ ਆਰਟ ਦੇ ਉੱਤੇ ਜਿਹੜੇ ਯੂਜ਼ ਹੁੰਦੇ ਨੇ ਅਸੈਸਰੀ, ਸਟੱਡ ਵਗੈਰਾ, ਸਟੋਨਸ ਵਗੈਰਾ, ਸਾਰਾ ਕੁਛ ਸਾਡੇ ਕੋਲ ਅਵੇਲੇਬਲ ਹੈ, ਤੁਸੀਂ ਦੇਖੋ ਛੋਟੇ ਤੋਂ ਲੈ ਕੇ ਵੱਡੀਆਂ ਚੀਜ਼ਾਂ ਤੱਕ ਸਾਰਾ ਕੁਛ ਅਵੇਲੇਬਲ ਹੈ। ਇਹ ਸਾਡੇ ਆ ਗਏ ਟੋਪ ਕੋਟ, ਬੇਸ ਕੋਟ, ਪ੍ਰਾਈਮਰ, ਜਿਹੜਾ ਵੀ ਵਧੀਆ ਯੂਜ਼ ਹੁੰਦਾ ਨਾ ਮੀ ਦਾ, ਐਮ ਦਾ, ਠੀਕ ਹੈ ਜੀ। ਇਹ ਸਾਡੇ ਕੋਲ ਨੇਲਸ ਵੀ ਅਗਰ ਤੁਸੀਂ ਲੈਣੇ ਹੋਣ, ਹਾਂਜੀ ਹਾਂਜੀ, ਪਲੇਨ ਨੇਲਸ ਨੇ, ਇਹਦੇ ਉੱਤੇ ਤੁਸੀਂ ਆਪਣੀ ਡਿਜ਼ਾਈਨਿੰਗ ਕਰ ਸਕਦੇ ਹੋ, ਅਸੀਂ ਆਪ ਵੀ ਤਿਆਰ ਕਰਾਂਗੇ। ਇਹ ਨੇਲਸ ਦੇ ਉੱਤੇ ਯੂਜ਼ ਹੋਣ ਵਾਲੇ ਰੋਲਸ ਨੇ, ਇਹ ਵੀ ਤੁਹਾਨੂੰ ਮਿਲ ਜਾਏਗਾ, ਅਸੈਸਰੀ ਸਾਰੀ ਅਵੇਲੇਬਲ ਹੈ ਸਰ। ਹਾਂਜੀ ਹਾਂਜੀ, ਇਹ ਦੇਖੋ ਤੁਸੀਂ, ਇਹ ਜਿਹੜੀ ਮਸ਼ੀਨਸ ਆਉਂਦੀਆਂ ਨੇ ਇਹ ਵੀ ਸਾਡੇ ਕੋਲ ਅਵੇਲੇਬਲ ਹੈ, ਬਫਰਸ ਆਉਂਦੇ ਨੇ ਇਹ ਵੀ ਸਾਡੇ ਕੋਲ, ਸਾਰਾ ਕੁਛ ਅਵੇਲੇਬਲ ਹੈ ਰਿਲੇਟਿਡ ਟੂ ਨੇਲਸ, ਨੇਲਸ ਟ੍ਰੇਜ਼ ਮਿਲ ਜਾਣਗੀਆਂ ਤੁਹਾਨੂੰ।
ਨਹੀਂ ਜੇ ਕਿਸੇ ਗਰਲਸ ਨੇ ਤਿਆਰ ਹੋਣਾ ਜੀ ਅਗਰ ਤੁਸੀਂ ਲਹਿੰਗਾ ਵੀ ਇੱਥੋਂ ਬੁੱਕ ਕਰਵਾਉਂਦੇ ਹੋ ਅਸੀਂ ਉਹਦੇ ਵਿੱਚ 10,000 ਚ ਲਹਿੰਗਾ ਵੀ ਦੇਵਾਂਗੇ ਜਵੈਲਰੀ ਵੀ ਦੇਵਾਂਗੇ ਪਲੱਸ ਤੁਹਾਨੂੰ ਮੇਕਅਪ ਵੀ ਕਰਵਾ ਕੇ ਦੇਵਾਂਗੇ ਠੀਕ ਹੈ ਬਾਕੀ ਡਿਪੈਂਡ ਕਰਦਾ ਕਸਟਮਰ ਕਸਟਮਰ ਤੇ ਵੀਰ ਜੀ ਠੀਕ ਹੈ ਜੀ ਡਿਪੈਂਡ ਕੀ ਕਰਦਾ ਕਿ ਦੇਖੋ 10,000 ਦਾ ਪੈਕੇਜ ਸ਼ੁਰੂ ਹੈ ਉਹਨਾਂ ਨੂੰ ਲਹਿੰਗਾ ਹੈਵੀ ਚਾਹੀਦਾ ਥੋੜਾ ਰੇਟ ਅਪ ਹੋ ਜਾਏਗਾ ਠੀਕ ਹੈ ਜੀ ਮੇਕਅਪ ਉਹਨਾਂ ਨੂੰ ਹਾਈ ਫਾਈ ਚਾਹੀਦਾ ਥੋੜਾ ਰੇਟ ਅਪ ਹੋ ਜਾਏਗਾ ਸਟਾਰਟਿੰਗ ਸਾਡੇ 10,000 ਤੋਂ ਹੈ ਬਾਕੀ ਜਿੰਨਾ ਮਰਜ਼ੀ ਤੁਸੀਂ ਉੱਤੇ ਲੈ ਕੇ ਚੱਲੋ ਘਰ ਤਿਆਰ ਹੋਣਾ ਹੋਏ ਬਿਲਕੁਲ ਹੋ ਜਾਏਗਾ ਸਰ ਤਦ ਵੀ ਸਾਰਾ ਕੁਛ ਪੈਕੇਜ ਦੇ ਅਕੋਰਡਿੰਗਲੀ ਹੀ ਮਿਲੇਗਾ ਘਰ ਪਸੰਦ ਕਰ ਸਕਦੇ ਹੋ ਬਿਲਕੁਲ ਪਸੰਦ ਆ ਕੇ ਕਰ ਲੈਣ ਰੈਡੀ ਉਹਨਾਂ ਨੂੰ ਉੱਥੇ ਜਾ ਕੇ ਕਰ ਲਾਂਗੇ ਅਸੀਂ ਕੋਈ ਦਿੱਕਤ ਦਰਪਨ ਲਹਿੰਗਾ ਹਾਊਸ ਕਟਰਾ ਦਲ ਸਿੰਘ ਨੀਅਰ ਗੋਲਡਨ ਟੈਂਪਲ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਤਾਂ ਫੋਨ ਨੰਬਰ ਕੀ ਆਊਗਾ ਹਾਂਜੀ ਫੋਨ ਨੰਬਰ ਸਰ ਹੈਗਾ ਜੀ 8725981000 ਸਿੱਧਾ ਸੰਪਰਕ ਕਰ ਸਕਦੇ ਜੇ ਦੀ ਕਿਸੇ ਨੇ ਬ੍ਰਾਈਡਲ ਸੈੱਟ ਨਾ ਹੈਗਾ ਪੂਰਾ ਪੈਕੇਜ ਲੈਣਾ ਹੋਵੇ ਤੇ ਕਿੰਨੇ ਪਊਗਾ ਜੀ ਸਰ ਪੈਕੇਜ ਤਾਂ ਮੈਂ ਦੱਸਿਆ 10,000 ਤੋਂ ਸਟਾਰਟ ਹੈ ਬ੍ਰਾਈਡਲ ਲਹਿੰਗਾ ਬ੍ਰਾਈਡਲ ਜਵੈਲਰੀ ਪਲੱਸ ਮੇਕਅਪ ਬ੍ਰਾਈਡਲ ਲਹਿੰਗਾ ਦਿਖਾਓਗੇ ਕਿਹੜਾ ਹੋਊਗਾ ਇਹਨਾਂ ਨਾਲ ਹਾਂਜੀ ਸਰ ਬ੍ਰਾਈਡਲ ਲਹਿੰਗਾ ਨਾਲ ਆਊਗਾ ਹਾਂਜੀ ਬ੍ਰਾਈਡਲ ਲਹਿੰਗਾ ਆਏਗਾ ਲੇਕਿਨ ਇਹਦੇ ਨਾਲ ਤੁਸੀਂ ਅਗਰ ਪੈਕੇਜ ਲੈਂਦੇ ਹੋ ਥੋੜਾ ਅਪ ਜਾਏਗਾ ਬਿਕੋਜ਼ ਸਾਡੇ ਕੋਲ ਇਹਤੋਂ ਲਾਈਟ ਲਹਿੰਗੇ ਵੀ ਹੈਗੇ ਨੇ ਹਲਕੇ ਵੀ ਹੈ ਮਤਲਬ ਘੱਟ ਰੇਂਜ ਵਾਲੇ ਕਹਿ ਲਓ ਸਾਰੀ ਰੇਂਜ ਦੇ ਮਿਲ ਜਾਣਗੇ ਇਹ ਥੋੜੀ ਅਪਰ ਰੇਂਜ ਹੈ ਇਹਦਾ ਘੱਟੋ ਘੱਟ 20,000 ਪੈਕੇਜ ਆਏਗਾ 20,000 ਇਨਕਲੂਡ 20,000 ਪਲੱਸ ਜਾਏਗਾ ਇਨਕਲੂਡ ਲਹਿੰਗਾ ਜਵੈਲਰੀ ਪਲੱਸ ਮੇਕਅਪ ਪਲੱਸ ਮੇਕਅਪ ਵੀ ਨਾਲ ਆਏਗਾ ਬਹੁਤ ਪਿਆਰਾ ਲਹਿੰਗਾ ਦੀ ਸਿੰਗਲ ਸਿੰਗਲ ਡਬਲ ਹੱਥਾਂ ਦੇ ਕੰਨਾਂ ਦੇ ਇਅਰਿੰਗਸ ਟਿੱਕਾ ਸਭ ਕੁਛ ਅਵੇਲੇਬਲ ਹੈ ਇਹ ਸਭ ਤੋਂ ਹੈਵੀ ਸੈੱਟ ਹੈ ਪਿਓਰ ਕੁੰਦਨ ਦੇ ਵਿੱਚ ਇਹਦਾ ਰੈਂਟ ਰੈਂਟ 3500 ਬਹੁਤ ਪਿਆਰਾ ਸੈੱਟ ਹੈ ਜੀ ਕੁੰਦਨ ਹੀ ਚਾਹੀਦਾ ਜੀ ਹਾਂਜੀ ਕੁੰਦਨ ਦੇ ਵਿੱਚ ਆਏਗਾ ਅੱਜ ਕੱਲ ਸੈੱਟ ਬਹੁਤ ਚੱਲ ਰਿਹਾ ਸਰ ਬਹੁਤ ਪਿਆਰਾ ਸੈੱਟ ਹੈ ਜੀ ਇਹਦੇ ਨਾਲ ਕੰਪਲੀਟ ਜੇ ਕਿਸੇ ਨੇ ਬਾਏ ਕਰਨਾ ਹੈ ਸੈੱਟ ਦੇ ਬਾਏ ਕਰਨਾ ਹੋਵੇ ਤਾਂ ਸਰ ਅਕੋਰਡਿੰਗ ਟੂ ਇਹਦਾ ਲੌਂਗ ਸੈੱਟ ਆਏਗਾ ਕੁੰਦਨ ਦੇ ਪ੍ਰੋਪਰ ਸੈੱਟ ਦੇ ਵਿੱਚ ਬਹੁਤ ਪਿਆਰਾ ਸੈੱਟ ਹੈ ਜੀ ਇਹ ਡਬਲ ਹੋ ਜਾਊਗਾ ਹਾਂਜੀ ਹਾਂਜੀ ਜੀ ਅਨਸਟਿਚ ਲਹਿੰਗਾ ਹੈਗਾ ਜੇ ਕਿਸੇ ਨੇ ਆਪਣਾ ਲੈਣਾ ਹਾਂਜੀ ਹਾਂਜੀ ਜੀ ਤੁਸੀਂ ਰੈਂਟ ਤੇ ਲੈਣਾ ਰੈਂਟ ਤੇ ਵੀ ਰੈਡੀ ਵੀ ਹੋ ਜਾਏਗਾ ਸਰ ਹਾਂਜੀ ਹਾਂਜੀ ਇਹਦਾ ਕੀ ਰੈਂਟ ਆਊਗਾ ਜੇ ਕਿਸੇ ਨੇ ਲੈਣਾ ਇਹਦੇ 10,000 ਇਹਦਾ ਰੈਂਟ ਜੇ ਬਾਕੀ ਜੋ ਜਵੈਲਰੀ ਤੇ ਮੇਕਅਪ ਆ ਕੇ ਜੋ ਹੋਏਗਾ ਤੁਹਾਨੂੰ ਪਲੱਸ ਹੋ ਜਾਊਗਾ ਬਹੁਤ ਪਿਆਰਾ ਲਹਿੰਗਾ ਭਾਈ ਬਹੁਤ ਸੋਹਣਾ ਲਹਿੰਗਾ ਭਾਈ
ਦੀਦੀ ਹੁਣ ਕੀ ਦਿਖਾਣ ਲੱਗੇ? ਹਾਂਜੀ ਸਰ, ਇਹ ਸਾਡੇ ਕੋਲ ਇਅਰਿੰਗਸ ਅਵੇਲੇਬਲ ਨੇ, ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਰੇ ਕਲਰਸ ਵਿਦ ਟਿੱਕਾ ਵਾਲੇ ਵੀ ਅਵੇਲੇਬਲ ਹੈ, ਵਿਦਆਊਟ ਟਿੱਕਾ ਵੀ ਅਵੇਲੇਬਲ ਹੈ। ਹਾਂਜੀ ਹਾਂਜੀ, ਇਹ ਸਾਡੀ ਇਅਰਿੰਗ ਦੀ ਕਲੈਕਸ਼ਨ ਹੈ, ਇੰਨੀ ਨਹੀਂ ਹੈ ਸਾਡੇ ਕੋਲ, ਹੋਰ ਵੀ ਫੁੱਲ ਫਲੈਜ ਹੈ ਇੱਥੇ, ਜੇ ਸਿਰਫ ਅਸੀਂ ਗਿਨੇ ਚੁਣੇ ਪੀਸ ਲਗਾਏ ਹੈ, ਸੈਂਪਲ ਦਿਖਾ ਸਕਦੇ ਹਾਂ ਵੀਡੀਓ ਚ। ਹਾਂਜੀ ਹਾਂਜੀ, ਬਾਕੀ ਸਾਡੇ ਕੋਲ ਇਅਰਿੰਗ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ। ਕੀ ਪ੍ਰਾਈਸ ਸਟਾਰਟ ਹੋਣ ਵਾਲੀ ਦੀ? ਸਟਾਰਟਿੰਗ ਪ੍ਰਾਈਸ ਵੈਸੇ ਤੇ ਅਸੀਂ ਇਹ ਸੇਲ ਦੇ ਵਿੱਚ ਲਗਾਏ ਹੋਏ ਸਾਰੇ 350 ਸੇਲ। ਹਾਂਜੀ ਹਾਂਜੀ, ਅਗਰ ਕੋਈ ਤੁਹਾਡਾ ਚੈਨਲ ਜਿਵੇਂ ਤੁਹਾਡੇ ਥਰੂ ਆਉਂਦੇ ਨੇ, ਹਾਂਜੀ ਹਾਂਜੀ, ਡੀਪ ਲਵ ਮੋਮ ਨੂੰ ਸਬਸਕ੍ਰਾਈਬ ਕਰਕੇ ਆਉਂਦੇ ਨੇ ਤੇ ਉਹਨਾਂ ਲਈ ਇੱਕ ਸਪੈਸ਼ਲ ਆਫਰ ਹੈਗੀ ਹੈ, ਜਿਹੜੇ 350 ਦੇ ਅਸੀਂ ਇਅਰਿੰਗ ਦੇ ਰਹੇ ਹਾਂ 250 ਦੇ ਵਿੱਚ ਦਵਾਂਗੇ। 250 ਦੇ ਦੋਗੇ? ਬਿਲਕੁਲ, ਉਹਨਾਂ ਨੂੰ ਲੈਸ ਮਿਲੇਗੀ, ਚਾਹੇ ਉਹ ਟਿੱਕੇ ਵਾਲੇ ਹੋਣ ਚਾਹੇ ਉਹ ਵਿਦਆਊਟ ਟਿੱਕਾ ਹੋਣ। ਠੀਕ ਹੈ ਜੀ, ਦਿਖਾਣਾ ਜੀ ਕੀ ਕਰੇਗੀ ਆਪਾਂ? ਹਾਂਜੀ ਸਰ, ਹਾਂ ਦੇਖੋ ਤੁਸੀਂ ਬਹੁਤ ਪਿਆਰੇ ਇਅਰਿੰਗਸ ਹੈਗੇ ਜੀ, ਤੇ 250 ਦੇ ਵਿੱਚ ਮਿਲਣਗੇ ਤੁਹਾਨੂੰ ਅਗਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਸਟਮਰ ਆਉਂਦੇ ਆ। ਹਾਂਜੀ ਹਾਂਜੀ, ਕੁੰਦਨ ਦੇ ਵਿੱਚ ਹੈਗਾ ਕੀ ਪ੍ਰਾਈਸ ਹੋਊਗਾ? 250 ਸਾਰੇ 250 ਦੀ ਰੇਂਜ ਤੁਹਾਨੂੰ ਮਿਲਣਗੇ। ਇਹ ਤੁਸੀਂ ਅਗਰ ਪ੍ਰੀਮੀਅਮ ਕੁਆਲਿਟੀ ਚ ਅਗਰ ਤੁਹਾਨੂੰ ਚਾਹੀਦੇ ਹੈ, ਜਿਵੇਂ ਕਸਟਮਰ ਦੀ ਲਾਈਕਿੰਗ ਹੁੰਦੀ ਹੈ ਕੁਝ ਅਸੀਂ ਅੱਛਾ ਵੇਅਰ ਕਰੀਏ, ਕਹਿ ਲਓ ਜਿਵੇਂ ਅਸੀਂ ਡਾਇਮੰਡ ਵੇਅਰ ਕੀਤਾ ਹੋਵੇ, ਲਾਈਕ ਉਹਦੇ ਵਿੱਚ ਹੈ ਏਡੀ ਦੇ ਵਿੱਚ ਜੁਐਲਰੀ ਆਏਗੀ, ਅਮੈਰੀਕਨ ਡਾਇਮੰਡਸ। ਬਿਲਕੁਲ ਸਰ, ਬਹੁਤ ਪਿਆਰੇ ਦੀ, ਹਰ ਕਿਸੇ ਦੀ ਪਸੰਦ ਨਹੀਂ ਹੁੰਦੀ, ਅਗਰ ਕੋਈ ਪਸੰਦ ਕਰਦਾ ਤਾਂ ਸਾਡੇ ਕੋਲ ਉਹ ਵੀ ਅਵੇਲੇਬਲ ਹੈ, ਪ੍ਰੀਮੀਅਮ ਕੁਆਲਿਟੀ ਦੇ ਵੀ ਅਵੇਲੇਬਲ ਹੈ। ਠੀਕ ਹੈ ਜੀ, ਤੇ ਕਸਟਮਰ ਨੂੰ ਇਹ ਨਾ ਲੱਗੇ ਕਿ ਹਾਂ ਵੀ ਸਾਨੂੰ ਸਾਡੇ ਅਕੋਰਡਿੰਗਲੀ ਟੇਸਟ ਨਹੀਂ ਮਿਲ ਰਿਹਾ, ਹਰ ਇੱਕ ਦੇ ਟੇਸਟ ਦੇ ਅਕੋਰਡਿੰਗਲੀ ਚੀਜ਼ ਅਵੇਲੇਬਲ। ਹਾਂਜੀ ਜੀ, ਠੀਕ ਹੈ ਜੀ ਸਰ, ਬਹੁਤ ਪਿਆਰੇ ਗਏ ਜੀ। ਇਹਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ, ਸਾਡੇ ਕੋਲ ਸਾਰੀ ਅਵੇਲੇਬਲ ਹੈ, ਬਲੈਕ ਹੈ, ਲਵੈਂਡਰ ਕਲਰ, ਜੀ ਰੋਜ਼ ਕਲਰ, ਸਾਰੇ ਅਵੇਲੇਬਲ ਹੈ ਸਾਡੇ ਕੋਲ। ਹੋਰ ਵੀ ਵੈਰਾਈਟੀ ਸਾਡੇ ਕੋਲ, ਸੈਟਸ ਵੀ ਅਵੇਲੇਬਲ ਹੈ ਇਹਦੇ ਵਿੱਚ, ਸੈਟ ਵੀ ਮਿਲ ਜਾਣਗੇ ਸਾਡੇ ਕੋਲ, ਰਿੰਗਸ ਵੀ ਅਵੇਲੇਬਲ ਹੈ, ਇਅਰਿੰਗਸ ਵੀ ਅਵੇਲੇਬਲ ਹੈ, ਕਾਕਟੇਲ ਰਿੰਗਸ ਵੀ ਅਵੇਲੇਬਲ ਹੈ, ਇਹ ਸਾਰੀ ਸਾਡੇ ਕੋਲ ਕੁਆਲਿਟੀ ਪ੍ਰੀਮੀਅਮ ਦੇ ਵਿੱਚ ਹੈਗੀ ਹੈ। ਇਅਰਿੰਗਸ ਦਾ ਕੀ ਪ੍ਰਾਈਸ ਸਟਾਰਟ ਹੁੰਦਾ ਨਾ ਜੀ? ਇਅਰਿੰਗਸ ਸਰ ਡਿਪੈਂਡ ਕਰਦਾ ਡਿਜ਼ਾਈਨਿੰਗ ਤੇ, ਇਅਰਿੰਗਸ ਦਾ ਵੈਸੇ 250 ਤੋਂ ਸ਼ੁਰੂ ਹੁੰਦਾ, ਅਗਰ ਤੁਸੀਂ ਰੈਗੂਲਰ ਵੇਅਰਲੀ ਲੈਂਦੇ ਹੋ ਨਾ ਇੰਨੇ ਸਟੱਡ ਵਾਲੇ, 250 ਤੋਂ ਸ਼ੁਰੂ ਹੁੰਦੇ ਨੇ। ਇਹ ਦੇਖੋ ਤੁਸੀਂ ਕਾਕਟੇਲ ਰਿੰਗਸ, ਇਹ ਸਿਰਫ ਤੁਹਾਨੂੰ ਮਿਲੇਗੀ 300 ਦੀ ਰੇਂਜ ਏਡੀ ਦੇ ਵਿੱਚ, ਪ੍ਰੀਮੀਅਮ ਕੁਆਲਿਟੀ ਏਡੀ ਦੇ। ਹਾਂਜੀ ਏਡੀ, ਇੱਥੇ ਤੁਹਾਨੂੰ ਮਾਰਕੀਟ ਵਿੱਚ ਜ਼ਿਆਦਾ ਪ੍ਰਾਈਸ ਦੀ ਮਿਲੇਗੀ, ਲੇਕਿਨ ਸਾਡੇ ਕੋਲ ਤੇ 300 ਚ ਮਿਲੇਗੀ। ਹੁਣ ਤੁਸੀਂ ਇਹ ਸੈੱਟ ਦੇਖੋ ਸਰ, ਆ ਸੈੱਟ ਬੜਾ ਪਿਆਰਾ ਲੈਂਦਾ ਜੀ, ਦੇਖੋ ਪ੍ਰੀਮੀਅਮ ਕੁਆਲਿਟੀ ਦਾ, ਅਗਰ ਕਿਸੇ ਦਾ ਟੇਸਟ ਹੈ ਇਹਦੇ ਵਿੱਚ ਏਡੀ ਦੇ ਵਿੱਚ। ਜੇ ਗਏ ਦੀਦੀ ਏਡੀ ਚ ਸੈੱਟ ਲੈਣਾ ਹੈ ਪੂਰਾ ਦੇਖੋ, ਹਾਂਜੀ ਜੇ ਲੜਕੀ ਕਿਸੇ ਨੇ ਲੈਣਾ ਹੋਵੇ, ਜਿਵੇਂ ਲਹਿੰਗਾ ਹੋ ਗਿਆ ਆਪਣਾ ਬਾਏ ਕਰਨਾ ਹੈ, ਹਾਂਜੀ ਜੇ ਕਿਸੇ ਨੇ ਵਿਆਹ ਵਾਸਤੇ ਤਿਆਰ ਹੋਣਾ ਹੋਵੇ, ਓਕੇ, ਪੈਕੇਜ ਲੈਣਾ ਹੋਵੇ ਤੇ ਕਿੰਨੇ ਪੈ ਜੂਗਾ ਪੈਕੇਜ? ਏਡੀ ਦਾ ਤੇ ਕੁਝ ਕਹਿ ਲਓ, ਉਹਦੇ ਏਡੀ ਦੀ ਜੁਐਲਰੀ ਦੀ ਕੋਸਟ ਅਲੱਗ ਲੱਗ ਜਾਏਗੀ, ਜਿਹੜੀ ਅਲੱਗ ਅਲੱਗ ਕੋਸਟ ਆਏਗੀ ਸਭ ਦੀ, ਕਿਉਂਕਿ ਅਗਰ ਅਸੀਂ ਨਾਰਮਲ ਜੁਐਲਰੀ ਯੂਜ਼ ਕਰਾਂਗੇ ਨਾ ਉਹਦਾ ਰੇਟ ਅਲੱਗ ਹੁੰਦਾ, ਅਗਰ ਤੁਸੀਂ ਪ੍ਰੀਮੀਅਮ ਕੁਆਲਿਟੀ ਦੀ ਯੂਜ਼ ਕਰ ਰਹੇ ਹੋ, ਹਾਂਜੀ, ਦੈਨ ਉਹਦਾ ਰੇਟ ਤੁਹਾਨੂੰ ਡਿਫਰੈਂਟ ਮਿਲੇਗਾ। ਹਾਂਜੀ, ਬੜੇ ਪਿਆਰੇ ਸੈੱਟ ਲਿਆਂਦੇ ਦੇਖੋ ਤੁਸੀਂ, ਰਾਣੀ ਹਾਂ, ਇਹਨੂੰ ਰਾਣੀ ਹਾਂ ਕਹਿੰਦੇ ਆ? ਹਾਂਜੀ ਰਾਣੀ ਹਾਂ ਬੋਲਦੇ, ਏਡੀ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਚ ਹੈਗੇ, ਕਿਉਂਕਿ ਹਰ ਕੋਈ ਕਸਟਮਰ ਦੇਖੋ ਦੇ ਨਾਲ ਦੇਗਾ, ਤੁਸੀਂ ਪ੍ਰੋਪਰ ਮੈਚਿੰਗ ਲੈਣੀ ਹੋਵੇ ਨਾਲ ਬ੍ਰੈਸਲੈਟ ਵੀ ਅਵੇਲੇਬਲ ਹੈ ਸਾਡੇ ਕੋਲ।
ਹਰ ਇੱਕ ਤਰ੍ਹਾਂ ਦੇ ਸਲੀਕ ਬ੍ਰੇਸਲੇਟਸ ਵੀ ਹੈ, ਹੈਵੀ ਬ੍ਰੇਸਲੇਟਸ ਵੀ ਹੈ। ਜੀ ਇਹ ਕਿਹਨੇ ਰੈਂਟ ਤੇ ਲੈਣਾ, ਏੜੀ ਦਾ ਸੈਟ ਜਾਂ ਬਾਈ ਕਰਨਾ ਇਹ ਕਿੰਨੇ ਪਊਗਾ ਜੀ? ਏੜੀ ਦਾ ਸਰ ਵੈਸੇ ਤਾਂ ਰੈਂਟ ਅਸੀਂ ਬਹੁਤ ਘੱਟ ਦਿੰਦੇ ਹਾਂ, ਅਗਰ ਰੈਂਟ ਰਿਕੁਆਇਰਮੈਂਟ ਹੈ ਕਸਟਮਰ ਦੀ। ਹਾਂਜੀ ਹਾਂਜੀ, ਜਿਹੜੇ ਇਹ ਸੈਟਸ ਨੇ 1000 ਰੈਂਟ ਲੱਗੇਗਾ ਜੀ ਉਹਨਾਂ ਦਾ। 1000 ਰੈਂਟ ਲੱਗੇਗਾ। ਹਾਂਜੀ, ਇਹਨਾਂ ਚੋਂ ਕੋਈ ਵੀ ਤੁਸੀਂ ਕਰੋ 1000 ਰੈਂਟ ਹੈ, ਠੀਕ ਹੈ ਜੀ। ਸਾਡੇ ਕੋਲ ਬ੍ਰੇਸਲੇਟ ਜਿਹੜੇ ਅਵੇਲੇਬਲ ਹੈ 11 to 1200 ਦੇ ਵਿੱਚ ਹੈਵੀ, ਇਹ ਸਲੀਕ ਅਗਰ ਤੁਸੀਂ ਬ੍ਰੇਸਲੇਟ ਲੈਂਦੇ ਹੋ ਤਾਂ ਇਹ ਤੁਹਾਨੂੰ ਮਿਲੇਗਾ ਕੁਛ 500 ਦੇ ਆਸ ਪਾਸ ਏੜੀ ਦੇ ਵਿੱਚ। ਹਾਂਜੀ, 650 ਦੀ ਰੇਂਜ ਵਿੱਚ। ਬਹੁਤ ਪਿਆਰਾ ਵਾਲੀ ਹੈ, ਦੇਖੋ 550 ਦੀ ਰੇਂਜ ਵਿੱਚ ਸਾਰੇ ਡਿਜ਼ਾਈਨਸ ਅਵੇਲੇਬਲ ਨੇ। ਡਿਜ਼ਾਈਨ ਹੋਰ ਵੀ ਮਿਲ ਜਾਣਗੇ ਕਾਫੀ, ਬਿਲਕੁਲ ਕਾਫੀ ਡਿਜ਼ਾਈਨਸ ਨੇ। ਬਾਕੀ ਦੁਕਾਨ ਤੇ ਵਿਜ਼ਿਟ ਕਰੋ। ਹਾਂਜੀ ਬਿਲਕੁਲ, ਚੀਪ ਤੇ ਬੈਸਟ ਰੇਟ ਤੁਹਾਨੂੰ ਮਿਲਣਗੇ, ਮਾਰਕੀਟ ਨਾਲੋਂ ਡਾਊਨ ਰੇਟ ਮਿਲਣਗੇ, ਠੀਕ ਹੈ ਜੀ। ਉਹ ਸੈਟੀਸਫਾਈਡ ਹੋ ਕੇ ਜਾਣਗੇ ਕਸਟਮਰ। ਐਡਰੈਸ ਬੋਲੋ ਆਪਣਾ ਜੀ। ਐਡਰੈਸ ਸਰ ਕਟਰਾ ਦਲ ਸਿੰਘ, ਦਰਪਨ ਲਹਿੰਗਾ ਹਾਊਸ, ਕਟਰਾ ਦਲ ਸਿੰਘ, ਨੀਅਰ ਗੋਲਡਨ ਟੈਂਪਲ ਐਂਡ ਨੀਅਰ ਬੀਰਾ ਸਮੋਸੇ ਵਾਲਾ, ਬਹੁਤ ਮਸ਼ਹੂਰ ਹੈ। ਉਹਦੇ ਨਾਲ ਹੀ ਸਾਡੀ ਦਰਪਨ ਲਹਿੰਗਾ ਹਾਊਸ ਦਾ ਬਹੁਤ ਵੱਡਾ ਬੋਰਡ ਲੱਗਾ ਹੋਇਆ ਹੈ। ਤੇ ਫੋਨ ਨੰਬਰ ਕੀ ਹੋ ਰਹੀ ਹੈ ਆਪਣਾ? ਹਾਂਜੀ, ਫੋਨ ਨੰਬਰ ਤੁਹਾਨੂੰ ਮੈਂ ਡਿਸਪਲੇ ਕਰ ਦਿੰਦੀ ਹਾਂ, 8725981000। ਇਹ ਲਹਿੰਗੇ ਕੇ ਕੇ ਕਲਰ ਮਿਲ ਜਾਣਗੇ ਆਪਣੇ ਕੋਲ? ਸਾਡੇ ਕੋਲ ਕਲਰ ਸਾਰੇ ਅਵੇਲੇਬਲ ਹੈ, ਅਸੀਂ ਤੁਹਾਨੂੰ ਸਿਰਫ 3-4 ਕਲਰ ਤੁਹਾਨੂੰ ਦਿਖਾ ਦਿੰਦੇ ਹਾਂ। ਸੈਂਪਲ ਦਿਖਾ ਲਓ ਕੇ ਕੇ ਮਿਲ ਜਾਣਗੇ। ਕਲਰ ਹੈ, ਠੀਕ ਹੈ, ਰੈੱਡ ਔਰ ਮਲਟੀ ਕਲਰ ਦੇ ਵਿੱਚ ਆਏਗਾ। ਬਹੁਤ ਪਿਆਰਾ। ਦਿਸ ਇਜ਼ ਅ ਵਾਈਨ ਕਲਰ, ਮੈਰੂਨ ਕਲਰ ਜਿਹੜਾ। ਹਾਂਜੀ ਹਾਂਜੀ, ਠੀਕ ਹੈ, ਡਾਰਕ ਮੈਰੂਨਿਸ਼। ਇੱਕ ਹੈ ਮੋਰ ਪੰਖੀਆ ਕਲਰ ਆ ਜਾਏਗਾ ਸਰ। ਹਾਂਜੀ ਹਾਂਜੀ, ਠੀਕ ਹੈ ਜੀ। ਇੱਕ ਹੈ ਸਰ ਔਰੇਂਜ ਕਲਰ ਆ ਜਾਏਗਾ। ਇਸ ਤੋਂ ਇਲਾਵਾ ਵੀ ਹੋਰ ਕਾਫੀ ਕਲਰ ਮਿਲ ਜਾਣਗੇ, ਕਾਫੀ ਕਲਰਸ ਹੈਗੇ ਨੇ। ਪੀਚ ਕਲਰ ਅਵੇਲੇਬਲ ਹੈ। ਹਾਂਜੀ ਹਾਂਜੀ, ਠੀਕ ਹੈ, ਰੈੱਡ ਵਿੱਚ ਅਵੇਲੇਬਲ ਹੈ, ਮਰਜੰਟਾ ਕਲਰ ਅਵੇਲੇਬਲ ਹੈ, ਪਿੰਕਿਸ਼ ਦੇ ਵਿੱਚ ਕਲਰ ਹੈ, ਲਾਈਟ ਪਿੰਕ ਅਵੇਲੇਬਲ ਹੈ। ਮਤਲਬ ਕਲਰਸ ਕਾਫੀ ਵੈਰਾਈਟੀ ਹੈ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਰ, ਥੈਂਕ ਯੂ ਸੋ ਮਚ ਵਾਚਿੰਗ।